ਕ੍ਰਾਈਮ ਏਸ਼ੀਆ ਤੇ ਮੈਂ ਹਾਂ ਜੀ ਡਾਕਟਰ ਸਪਨ ਸੰਧੂ। ਅੱਜ ਇਸ ਵੇਲੇ ਅਸੀਂ 27 ਸੈਕਟਰ ਚੰਡੀਗੜ੍ਹ 'ਚ ਮੌਜੂਦ ਹਾਂ। 6 ਸਿੱਖਾਂ ਦਾ ਇੱਕ ਮਿਸ਼ਨ ਕੈਨੇਡਾ ਤੋਂ ਤੁਰਿਆ, 22 ਮੁਲਕ ਉਹਨਾਂ ਨੇ ਸਫ਼ਰ ਕੀਤਾ, ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਨੂੰ ਲੈ ਕੇ, ਉਹਨਾਂ ਦੀ ਸਿੱਖਿਆ ਨੂੰ ਲੈ ਕੇ, ਸਾਂਝੀਵਾਲਤਾ, ਪਿਆਰ, ਮੁਹੱਬਤ, ਮਨੁੱਖਤਾ, ਇਹਦੇ ਪ੍ਰਚਾਰ ਅਤੇ ਪ੍ਰਸਾਰ ਲਈ। ਅੱਜ ਉਹ ਸਾਰੀ ਟੀਮ ਇੱਥੇ ਸਾਡੇ ਕੋਲ ਮੌਜੂਦ ਹੈ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਇਹ ਜਿਹੜਾ ਇੰਨਾ ਅਨੋਖਾ ਸਫ਼ਰ ਇੱਕ ਮਿਸ਼ਨ ਲੈ ਕੇ ਉਹ ਤੁਰੇ ਸੀ, ਉਹਦੇ ਪਿੱਛੇ ਕੀ ਕਾਰਨ ਸੀ, ਕਿਹੜੀਆਂ ਕਿਹੜੀਆਂ ਕਠਿਨਾਈਆਂ ਉਹਨਾਂ ਨੂੰ ਰਾਹ 'ਚ ਆਈਆਂ ਅਤੇ ਅੱਜ ਉਹ ਕਿੰਨਾ ਕੁਝ ਸਫਲ ਮਹਿਸੂਸ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪਹਿਲਾਂ ਤਾਂ ਸਭ ਤੋਂ ਆਪ ਸਭ ਮੀਡੀਆ ਦਾ, ਚੰਡੀਗੜ੍ਹ ਪ੍ਰੈਸ ਕਲੱਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਇਹ ਮੰਤਵ ਲੈ ਕੇ ਅਸੀਂ ਚੱਲੇ ਸੀਗੇ ਉਸ ਨੂੰ ਤੁਸੀਂ ਸਪਰੈਡ ਕਰ ਰਹੇ ਹੋ ਆਪਣੇ ਆਪਣੇ ਚੈਨਲ ਦੁਆਰਾ, ਆਪਣੇ ਆਪਣੇ ਲੇਖਣੀ ਦੁਆਰਾ। ਤਹਿ ਦਿਲੋਂ ਸਿੱਖ ਮੋਟਰਸਾਈਕਲ ਕਲੱਬ ਦੇ ਪਲੈਟਫਾਰਮ ਤੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਇਹ ਬੜਾ ਵਧੀਆ ਸਮਾਂ ਵੀ ਹੈ ਸਾਡੇ ਲਈ ਕਿ ਅਸੀਂ ਪ੍ਰੈਸ, ਚੰਡੀਗੜ੍ਹ ਪ੍ਰੈਸ ਕਲੱਬ ਬਾਰੇ ਸੁਣਦੇ ਬਹੁਤ ਸੀਗੇ, ਤੁਹਾਡੀਆਂ ਖਬਰਾਂ ਜਿਹੜੀਆਂ ਨੇ ਦੇਸ਼ ਵਿਦੇਸ਼ਾਂ 'ਚ ਜਾਂਦੀਆਂ, ਤਾਂ ਤੁਹਾਨੂੰ ਤੁਹਾਡੇ ਦਰਸ਼ਨ ਕਰਕੇ ਮਨ ਪ੍ਰਸੰਨ ਹੋਇਆ ਜੀ। ਅਤੇ ਆਪ ਜੀ ਦੇ ਅਗਲੀ ਗੱਲ ਸ਼ੁਰੂ ਕਰੀਏ ਕਿ ਸਿੱਖ ਮੋਟਰਸਾਈਕਲ ਕਲੱਬ ਦੀ ਰਾਈਡ ਜਿਹੜੀ ਹੈ April 3 ਉਸ ਦਿਨ ਵੈਨਕੂਵਰ ਤੋਂ ਸ਼ੁਰੂ ਹੋਈ ਸੀ। ਅਸੀਂ ਪਹਿਲਾਂ ਅਮੈਰੀਕਾ April 3 ਨੂੰ, ਤਾਂ ਅਸੀਂ ਵੈਸੇ ਲੰਡਨ ਨੂੰ ਆਏ ਸੀ, ਉਸ ਤੋਂ ਪਹਿਲਾਂ ਅਸੀਂ ਅਮੈਰੀਕਾ ਦਾ ਟੂਰ ਕਰ ਚੁੱਕੇ ਸੀਗੇ। ਉੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਖਾਲਸਾ ਏਡ ਲਈ ਜਿਹੜਾ ਫੰਡ ਰੇਜ਼ਿੰਗ ਕਰ ਰਹੇ ਸੀਗੇ, ਫੰਡ ਰੇਜ਼ ਕਰ ਰਹੇ ਸੀ, ਉਹਦੇ ਸੰਦਰਭ ਦੇ ਵਿੱਚ ਅਸੀਂ ਰਾਈਡ ਕਰ ਚੁੱਕੇ ਸੀਗੇ। ਵੈਨਕੂਵਰ ਤੋਂ ਫਲਾਈ ਕਰਕੇ ਏਅਰ ਕੈਨੇਡਾ ਦੀ ਫਲਾਈਟ ਲੈ ਕੇ ਅਸੀਂ ਆਪਣੇ ਮੋਟਰਸਾਈਕਲਾਂ ਸਮੇਤ ਉਸੇ ਜਹਾਜ਼ ਦੇ ਵਿੱਚ ਅਸੀਂ 4 ਤਰੀਕ ਨੂੰ ਲੰਡਨ ਹੀਥਰੋ ਹਵਾਈ ਅੱਡੇ 'ਤੇ ਉਤਰੇ। ਔਰ ਬੜੀ ਇਤਫਾਕਨ ਗੱਲ ਸੀ ਕਿ ਖਾਲਸਾ ਏਡ ਇੰਟਰਨੈਸ਼ਨਲ, ਜਿਨ੍ਹਾਂ ਦੇ ਨਾਲ ਸਾਡਾ ਤਾਬੂਨ ਹੈ ਫੰਡ ਰੇਜ਼ਿੰਗ ਲਈ, ਉਹਨਾਂ ਦੀ ਉਦਨ ਵੀਹ ਵਰ੍ਹੇਗੰਢ ਵੀ ਸੀ। ਸੋ ਇਸ ਰਾਈਡ ਨੂੰ ਤੁਰਨ ਤੋਂ ਪਹਿਲਾਂ ਜਿਹੜਾ ਇਹ ਇੱਕ ਸਿੰਪਲ ਰਾਈਡ ਸੀ, ਗਿਆਨੀ ਨਰਿੰਦਰ ਸਿੰਘ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਸਰੀ ਤੋਂ, ਉਹਨਾਂ ਨੇ, ਅਸੀਂ ਉੱਥੇ ਅਖੰਡ ਪਾਠ ਸਾਹਿਬ ਹਰ ਸਾਲ ਸਿੱਖ ਮੋਟਰਸਾਈਕਲ ਕਲੱਬ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਜਦੋਂ ਵੀ ਸੀਜ਼ਨ ਸਟਾਰਟ ਹੁੰਦਾ, ਅਤੇ ਤਾਂ ਕਿ ਸਾਰੇ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਲੋਕ ਹਾਂ, ਤਾਂ ਸਾਰੇ ਰਾਈਡਰਸ ਜਿਹੜੇ ਨੇ ਉਹਨਾਂ ਦੀ ਸੇਫਟੀ ਦੇ ਲਈ ਦੁਆ ਕੀਤੀ ਜਾਂਦੀ ਹੈ, ਮਹਾਰਾਜ ਅੱਗੇ ਅਰਦਾਸ ਕੀਤੀ ਜਾਂਦੀ ਹੈ। ਉਸ ਅਰਦਾਸ ਦੌਰਾਨ ਗਿਆਨੀ ਜੀ ਨੇ ਕਿਹਾ ਕਿ ਤੁਸੀਂ ਜੇ ਇਹ ਚੱਲੇ ਹੋ ਤਾਂ ਇਸ ਨੂੰ ਚੇਤਨਾ ਮਾਰਚ ਬਣਾ ਕੇ ਲੈ ਕੇ ਚੱਲੋ। ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਜਿਹੜਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਤੁਸੀਂ ਉਹਨਾਂ ਦਾ ਇੱਕ ਸੰਦੇਸ਼ ਲੈ ਕੇ, ਵੰਡ ਛਕੋ ਦਾ ਸੰਦੇਸ਼, ਨਾਮ ਜਪੋ ਕਿਰਤ ਕਰੋ ਦਾ ਸੰਦੇਸ਼, ਸਰਬੱਤ ਦਾ ਭਲਾ, ਇਹ ਨਾਲ ਲੈ ਕੇ ਚੱਲੋ। ਅਸੀਂ ਉਹਨਾਂ ਦੀ ਬੇਨਤੀ ਜਿਹੜੀ ਉਹਨਾਂ ਨੇ ਕੀਤੀ ਕਬੂਲ ਕੀਤੀ, ਉਹਨਾਂ ਨੇ ਸਾਡੇ ਨਾਲ ਜਿਹੜੀ ਡਿਸਕਸ਼ਨ ਕੀਤੀ ਉਹ ਸਾਨੂੰ ਚੰਗੀ ਲੱਗੀ, ਦਿਲ ਨੂੰ ਲੱਗੀ। ਔਰ ਇਹ ਰਾਈਡ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਹੋ ਨਿਬੜੀ ਹੈ। ਇੰਗਲੈਂਡ ਤੋਂ, ਜਿਵੇਂ ਗਰਚਾ ਸਾਹਿਬ ਪਹਿਲਾਂ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਦੱਸ ਵੀ ਚੁੱਕੇ ਨੇ, ਇੰਗਲੈਂਡ ਦੇ ਵਿੱਚ ਅਸੀਂ ਸਾਰੇ ਗੁਰੂ ਘਰ ਜਾਣ ਤੋਂ ਬਾਅਦ, ਉੱਥੇ ਸੰਗਤ ਦਰਸ਼ਨ ਕਰਨ ਤੋਂ ਬਾਅਦ, ਉੱਥੇ ਜਿਹੜੀ ਇਕੱਤਰ ਹੋਈ ਰਾਸ਼ੀ, ਔਰ ਖਾਸ ਕਰਕੇ ਖਾਲਸਾ ਏਡ ਦੇ ਵਾਲੰਟੀਅਰਸ, ਖਾਲਸਾ ਏਡ ਦਾ ਉਹ ਹੈੱਡਕੁਆਰਟਰ ਕਹਿ ਲਓ, ਰਵੀ ਸਿੰਘ ਹੋਰੀ ਸਾਡੇ ਨਾਲ 3 ਦਿਨ ਨਾਲ ਰਹੇ। ਔਰ ਇਹ ਵੀ ਇੱਕ ਸਾਡੇ ਲਈ ਸੁਭਾਗ ਸੀਗਾ ਕਿ ਦੈਟ ਜੈਂਟਲਮੈਨ ਇਜ਼ ਵੈਰੀ ਬਿਜ਼ੀ ਡੂਇੰਗ ਥਿੰਗਸ ਆਲ ਓਵਰ ਦਾ ਵਰਲਡ, ਪਰ ਉਹਨਾਂ ਨੇ ਆਪਾਂ ਸਾਨੂੰ ਪਰਸਨਲ ਸਮਾਂ ਦਿੱਤਾ, ਔਰ ਸਾਨੂੰ ਬਹੁਤ ਕੁਝ ਖਾਲਸਾ ਏਡ ਬਾਰੇ ਜਾਣਨ ਦਾ ਸਮਾਂ ਮਿਲਿਆ, ਔਰ ਉਹ ਜਿਹੜੀ ਇਨਫੋਰਮੇਸ਼ਨ, ਨੌਲੇਜ ਸੀਗੀ, ਉਹ ਅਸੀਂ ਸਾਰਿਆਂ ਨਾਲ ਸ਼ੇਅਰ ਕਰਦੇ। ਸਾਰੇ ਸ਼ੈਨਿਗਨ ਕੰਟਰੀਜ਼ ਦੇ ਵਿੱਚੋਂ ਦੀ ਹੁੰਦੇ ਹੋਏ, ਯੂਰੋਪੀਅਨ ਦੇ ਬਾਕੀ ਮੁਲਕ ਜਿਹੜੇ ਸਰਬੀਆ, ਰੋਮਾਨੀਆ, ਔਰ ਤੁਰਕੀ, ਈਰਾਨ, ਪਾਕਿਸਤਾਨ ਅਤੇ ਭਾਰਤ ਵਿੱਚ ਪਹੁੰਚੇ, ਟੋਟਲ 22 ਮੁਲਕਾਂ ਦਾ ਇਹ ਅਸੀਂ ਦੌਰਾ ਕੀਤਾ ਹੈ। ਭਾਵੇਂ ਕਿ ਕੁਝ ਮੁਲਕਾਂ ਦੇ ਵਿੱਚ ਕੈਨੇਡਾ ਸਾਡਾ ਆਪਣਾ ਮੁਲਕ ਹੈ, ਪਰ ਉਸਨੂੰ ਵੀ ਅਸੀਂ ਵਿੱਚ ਹੀ ਦਰਜ ਕੀਤਾ। ਸੋ ਬਹੁਤ, ਟੋਟਲ 22 ਮੁਲਕ ਪਾਰ ਕਰਕੇ ਅਸੀਂ ਗੁਰੂ ਮਹਾਰਾਜ ਦਾ ਸੰਦੇਸ਼, ਖਾਲਸਾ ਏਡ ਲਈ ਫੰਡ ਰੇਜ਼ ਕਰਦੇ ਕਰਦੇ ਅਸੀਂ ਵਾਹਗਾ ਬਾਰਡਰ 'ਤੇ 11 ਮਈ ਨੂੰ ਪਹੁੰਚੇ। ਆਪ ਦੇ ਵਿੱਚੋਂ ਕੁਝ ਸੱਜਣ ਉੱਥੇ ਵੀ ਹੋਣਗੇ, ਔਰ ਉਸ ਤੋਂ ਬਾਅਦ ਖਡੂਰ ਸਾਹਿਬ ਦੀ ਧਰਤੀ 'ਤੇ ਅਸੀਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਏ, ਔਰ ਉਸ ਤੋਂ ਬਾਅਦ ਖਡੂਰ ਸਾਹਿਬ ਵਿਸ਼ਰਾਮ ਕੀਤਾ ਗਿਆ। ਖਡੂਰ ਸਾਹਿਬ ਤੋਂ 12 ਮਈ ਨੂੰ ਬਾਬਾ ਸੇਵਾ ਸਿੰਘ ਜੀ, ਖਡੂਰ ਸਾਹਿਬ ਵਾਲੇ, ਕਾਰ ਸੇਵਾ ਵਾਲੇ, ਉਹਨਾਂ ਦੇ ਸਹਿਯੋਗ ਸਦਕਾ ਨਗਰ ਕੀਰਤਨ ਸਜਾਏ ਗਏ। ਗਿਆਨੀ ਨਰਿੰਦਰ ਸਿੰਘ ਉੱਥੋਂ ਨਾਲ ਚੱਲ ਕੇ ਆਏ ਸੀਗੇ, ਉਹ ਫਲਾਈਟ ਲੈ ਕੇ ਸਪੈਸ਼ਲ ਇਹਨਾਂ ਜਸ਼ਨਾਂ ਦੇ ਵਿੱਚ ਸ਼ਾਮਿਲ ਹੋਣ ਲਈ। ਔਰ ਗੁਰੂ ਮਹਾਰਾਜ ਦੀ ਰਹਿਨੁਮਾਈ ਦੇ ਵਿੱਚ ਅਸੀਂ ਇਹ ਜਿਹੜਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੁਲਤਾਨਪੁਰ ਲੋਧੀ ਸਾਹਿਬ ਜਾ ਕੇ ਇਸ ਜਿਹੜੀ ਚੇਤਨਾ ਮਾਰਚ ਹੈ ਇਸਦੀ ਸਮਾਪਤੀ ਦੀ ਅਰਦਾਸ ਕੀਤੀ। ਨਾਲ ਸਾਡੇ ਇਲਾਕੇ ਦੀ ਸੰਗਤ ਔਰ 2500 ਦੇ ਕਰੀਬ ਮੋਟਰਸਾਈਕਲ ਜਿਹੜੇ ਸੀਗੇ ਉਹ ਚੱਲੇ,
और इस दे नाल तुहाडे जरिए मीडिया के जरिए और लोकां संगतां दे दर्शन करन दे जरिए गुरु साहब का संदेश और जिहड़ी माया की एकत्रता और सब तो वध अवेयरनैस खालसा एड की इंटरनैशनल जो कि रंग नसल भेद तो उत्ते उठ के मनुखता की सेवा करती है, ना कि वह किसी एक फिरके की सेवा करते हैं। सो ये असी सोचते हैं कि महाराज की कृपा के नाल ये राइड हुण तक सक्सैसफुल हो निबड़ी जी। वाहगुरु जी का खालसा, वाहगुरु जी की फतेह। सानू बड़ी खुशी है जी कि असी जिस कार्ज नूं लैके कैनेडा की धरती तों चले सी अते वक्खरे वक्खरे मुल्कां विचों हुंदे होए असी खालसा एड दे नाल रल के जिहड़ी राइड कर रहे सी, असी काफ़ी अवेयरनैस खालसा एड दे लई वक्खरे वक्खरे मुल्कां विच करन विच कामयाब भी रहे हां। अते जो सिख संगतां ने सानू सहयोग बख्शिया रस्ते विच डोनेशन इकत्र होईआं उहदे लई वी असी बड़े पॉजिटिव हाँ कि असी आने वाले समय में सारिया डोनेशन जिहड़ीआं बहुतात विच ऑनलाइन सीधियां खालसा एड नूं पहुँच चुकियां, पर कुछ मुल्क जिवें कि मैनूं याद आ इटली अते ईरान दे विच जो कैश ट्रांजैक्शन ज़्यादा चलते हैं कैशलैस का उत्थे बड़ा सिस्टम नहीं है जी। सो वो असी सारी इन्हों सौंप देवे। तो अज मैं बड़ी खुशी है कि चंडीगढ़ प्रेस क्लब विखे आप सारे मीडिया के सामने सारे वीर टीम खालसा एड की साढ़े पास पहुंची। असं जी आयान आखते हैं जिहड़े भी मुल्कों में गए हैं जिहड़े भी शहरों में असं उत्थे गए हैं जी, उत्थे देख के सानू प्यार तो बहुत मिले जी। जिवें बाकी मुल्कों में गए हैं सानू काफ़ी प्यार मिले जी, पर उत्थे जो दो मुख शहर ने जी तेहरान अते ज़ैदान उत्थे काफ़ी वड्डी गिणती विच पहला सिख संगतां रहिंदियां सी। ज़ैदान की जे मैं गल करदा जी ईरान दा पाकिस्तान दे तरफ नूं आखरी शहर है जी, वह 20 किलोमीटर तो तफ्तान का बॉर्डर है, तुसीं पाकिस्तान भी शामिल हो जांदे आ। उह ज़ैदान जिहड़ा शहर है उहदा जदों असीं हिस्ट्री पढ़ के वेखी उत्थे लोकां नूं मिल के देखिया तां उह सिख सरदारां दे सिक्की सरूप नूं वेख के उस शहर का नाँ ज़ैदान रख्या गया। किसी समय उत्ते 30,000 के करीब सिख संगत रहिंदी सी, परिवार रहिंदे सी, पर अज उत्थे केवल 7 फैमिलीज़ रह गई हैं जी, क्योंकि कुछ बच्चे वो माइग्रेट कर गए स्टडी लई जां किसी होर कारजां लई उन्होंने उत्थों मूव होना पिया। पर कुछ असी सिरड़ी लोगों हाले भी मिल के आए जिहड़े 85 साल की उम्र में बिरध हो गए कुब पै गया, पर वो कह रहे हैं कि मैं अपनी रहिंदी जिंदगी इस ज़ैदान शहर के बिच ही गुजारनी है, जिन्नी मर्जी औकड़ा होन उन्होंने उस सिरड नूं सिदक नूं भी साडा सिजदा है जी। मैं तो सिर्फ उन्होंने मुल्कों का नाम ले सकता जिन्हों में असी लंघ के आए हैं, उन्होंने लगभग खालसा एड नूं तां जी इह वैल नोन ऑर्गेनाइजेशन है, दुनिया में थां थां ते इहनां दे वॉलंटियर्स ने, इहनां दी पछाण बनी हुई है। पर कई मुल्क इहो जिहे भी ने जिथे केवल सिख की पछाण भी अजे उन्नी चंगी तरह नहीं हो सकी। टर्की दे विच असी विच रहे हैं जी, तो हर थां ते सानूं इह सुणन नूं मिलिया कि असी पहलां इस तरह दस्तार बन के जां दाड़े सजा के जां मोटरसाइकिल राइड करते हुए इहो जिहे असी सिख व्यक्ति नहीं देखे जी। सो उत्थे असी गए हैं विचरे हाँ, असी दस्या कि असी कौन हैं दस्तार क्यों सजाने हैं, तो जिस मिशन नूं लैके चले गुरु नानक साहब दे जी उन्हां दा की सिद्धांत सी की उन्हां दा मंतव सी। सो वक्रे वक्रे तजर्बे सानूं सारियां कंट्रीज़ विच होए ने जी। सत श्री अकाल जी, प्राइम एशिया ते मैं हाँ डॉक्टर सपन संधू। गुरु नानक दी फिलोसफी है मनुखता दी, सांझीवालता दी, प्यार मुहब्बत दी, ते इसे फिलोसफी नूं पूरी दुनिया च इक इक कोने च फैलाउण लई इह बीड़ा चुक्या कैनेडा दे इक क्लब ने जो कि है एक मोटरसाइकिल क्लब। उन्होंने 6 राइडर्स ने 22 कंट्रीज़ जाके यह जिहड़ा संदेश है गुरु नानक दा फैलाया। अज साडे नाल मौजूद ने जी उस टीम चों उन्हां राइडर्स चों एक राइडर, उन्हां दा स्वागत करते हैं ते उन्हां नूं पुछते हैं कि यह जिहड़ी अनोखी जी एक उन्होंने एमिशन लिया, एक अनोखी जी जिहड़े मुहिम ते गए वह की सी ते उहदा अर्थ की सी ते हुण उहदे चों असीं निचोड़ की कढ़िया। सत श्री अकाल सर। ਤੁਹਾਡਾ ਪ੍ਰਾਈਮ ਏਸ਼ੀਆ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਮਿਸ਼ਨ ਤੁਸੀਂ ਸਟਾਰਟ ਕੀਤਾ ਉੱਥੋਂ ਕੈਨੇਡਾ ਦੀ ਧਰਤੀ ਤੋਂ, ਇਹਦੀਆਂ ਥੋੜ੍ਹੀਆਂ ਡਿਟੇਲਸ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਮੈਂ ਪ੍ਰਾਈਮ ਏਸ਼ੀਆ TV ਬਹੁਤ ਹਮੇਸ਼ਾ ਹੀ ਕਵਰੇਜ ਲਈ ਸਾਨੂੰ ਬੁਲਾਉਂਦੇ ਆ ਅਤੇ ਬੜਾ ਸਤਿਕਾਰ ਦਿੰਦੇ ਆ ਸਾਡੇ ਵੀਰ ਅਮਨ ਖਟਕੜ ਜੀ, ਬੇਸਿਕਲੀ ਸਾਡੀ ਟੀਮ ਦੇ ਇੱਕ ਮੈਂਬਰ ਹੀ ਨੇ ਜੀ ਉਹ। ਅਸੀਂ ਇਸ ਤੋਂ ਪਹਿਲਾਂ ਕੈਨੇਡਾ ਰਾਈਡ ਗਏ ਹਾਂ, ਸਾਡੇ ਨਾਲ ਰਾਈਡ ਵੀ ਕੀਤੀ ਹੈ ਉਹਨਾਂ ਨੇ। ਸੋ ਸਾਰੇ ਪ੍ਰਾਈਮ ਏਸ਼ੀਆ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ। ਅਸੀਂ 6 ਮੈਂਬਰ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਨੂੰ ਬਿਲੋਂਗ ਕਰਦੇ ਹਾਂ ਜੀ। ਸਾਡੇ ਉੱਥੇ ਲਗਭਗ 100 ਤੋਂ 125 ਮੈਂਬਰ ਨੇ ਕੈਨੇਡਾ ਵਿੱਚ, ਵੱਖਰੇ ਵੱਖਰੇ ਰਾਈਡ ਅਸੀਂ ਕਰਦੇ ਰਹਿੰਦੇ ਹਾਂ ਥਰੂ ਆਊਟ ਕੈਨੇਡਾ ਜਾਂ ਅਮੈਰੀਕਾ ਦੇ ਵਿੱਚ। ਸਾਡੇ ਮੈਂਬਰ ਕਾਫੀ ਲੰਮੀਆਂ ਰਾਈਡਾਂ ਕਰਕੇ ਆਉਂਦੇ ਨੇ ਜੀ। ਸੋ ਇਸ ਵਾਰ ਮਨ ਵਿੱਚ ਵਿਚਾਰ ਚੱਲ ਰਹੀ ਸੀ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ ਜੀ, ਦੁਨੀਆਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਵੱਖਰੀਆਂ ਵੱਖਰੀਆਂ ਸੰਸਥਾਵਾਂ ਆਪਣੇ ਵੱਲੋਂ ਉਪਰਾਲੇ ਕਰ ਰਹੀਆਂ ਨੇ। ਗੁਰੂ ਨਾਨਕ ਸਾਹਿਬ ਜੋ ਸਿੱਖ ਧਰਮ ਦੇ ਮੋਢੀ ਨੇ, ਬਾਨੀ ਨੇ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਹਨਾਂ ਨੇ ਪ੍ਰੋਗਰਾਮ ਲੀਕੇ ਹੋਏ ਨੇ ਜੀ, ਜਿਹੜੇ ਥਰੂ ਆਊਟ ਈਅਰ ਚੱਲ ਰਹੇ ਨੇ। ਅਤੇ ਸਾਡਾ ਸਿੱਖ ਮੋਟਰਸਾਈਕਲ ਕਲੱਬ ਦਾ ਇੱਕ ਛੋਟਾ ਜਿਹਾ ਪਲੇਟਫਾਰਮ ਆ,
ਅਤੇ ਅਸੀਂ ਸੋਚਿਆ ਵੀ ਅਸੀਂ ਕਿਵੇਂ ਯੋਗਦਾਨ ਪਾ ਸਕਦੇ ਹਾਂ। ਸਾਡੇ ਕੋਲ ਮੋਟਰਸਾਈਕਲ ਨੇ ਜੀ, ਮਨ ਵਿੱਚ ਵਿਚਾਰ ਆਈ ਕਿ ਮੋਟਰਸਾਈਕਲ ਲੈ ਕੇ ਨਿਕਲਦੇ ਹਾਂ ਦੁਨੀਆ ਦੀ ਯਾਤਰਾ 'ਤੇ ਅਤੇ ਵੱਖਰੇ ਵੱਖਰੇ ਥਾਵਾਂ 'ਤੇ ਜਾਵਾਂਗੇ। ਕਈ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਦੇ ਸਾਨੂੰ ਪਾਵਨ ਪਵਿੱਤਰ ਸਥਾਨ ਮਿਲਣਗੇ, ਉਹਨਾਂ ਦੇ ਦਰਸ਼ਨ ਕਰਾਂਗੇ ਅਤੇ ਨਾਲ ਦੀ ਨਾਲ ਜਿੰਨਾ ਕੁ ਸਾਨੂੰ ਗੁਰੂ ਸਾਹਿਬ ਨੇ ਮਤਬੁੱਧ ਬਖਸ਼ੀ ਆ ਉਹਦੇ ਮੁਤਾਬਕ ਸਿੱਖੀ ਦੇ ਜੋ ਸਿਧਾਂਤ ਨੇ ਅਸੀਂ ਉਹਨਾਂ ਦਾ ਪ੍ਰਚਾਰ ਕਰਾਂਗੇ। ਪਰ ਮੁੱਖ ਮਕਸਦ ਸਾਡਾ ਇਸ ਰਾਈਡ ਦਾ ਅਸੀਂ ਨਾਲ ਲੈ ਕੇ ਚੱਲੇ ਸੀ ਖਾਲਸਾ ਐਡ ਇੰਟਰਨੈਸ਼ਨਲ, ਜੋ ਸਾਡੀ ਇੱਕ ਬਹੁਤ ਹੀ ਸਿਰਮੌਰ ਅਤੇ ਵਧੀਆ ਸੰਸਥਾ, ਜਿਨ੍ਹਾਂ ਨੇ ਪੱਗ ਦਾ ਦਸਤਾਰ ਦਾ ਨਾਂ ਦੁਨੀਆ ਦੇ ਵਿੱਚ ਉੱਚਾ ਕੀਤਾ ਜੀ। ਅਸੀਂ ਉਸ ਦੀ ਹੋਰ ਵੀ ਜ਼ਿਆਦਾ ਅਵੇਅਰਨੈਸ ਘਰ ਘਰ ਪਹੁੰਚਾਉਣੀ ਚਾਹੁੰਦੇ ਸੀ ਅਤੇ ਉਹਨਾਂ ਲਈ ਫੰਡ ਰੇਜ਼ ਵੀ ਕਰਨਾ ਚਾਹੁੰਦੇ ਸੀ। ਛੇ ਸਿੱਖ ਰਾਈਡਰਸ ਬਾਈ ਮੁਲਕ, ਇਹ ਸਫ਼ਰ ਸ਼ੁਰੂ ਹੋਇਆ ਅਪ੍ਰੈਲ ਵਿੱਚ ਅਤੇ ਅੱਜ ਚੰਡੀਗੜ੍ਹ ਦੀ ਧਰਤੀ 'ਤੇ ਸਾਡੇ ਕੋਲ ਸਾਰੇ ਮੌਜੂਦ ਨੇ। ਪੁੱਛਦੇ ਹਾਂ ਕਿ ਇਸ ਪਿੱਛੇ ਮੰਤਵ ਕੀ ਸੀਗਾ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਗੁਰੂ ਨਾਨਕ ਦੇਵ ਜੀ ਦੇ ਜਿਹੜੀ ਸੈਨੇਟਰੀ ਸੈਲੀਬ੍ਰੇਸ਼ਨ ਹੈ ਉਹਨੂੰ ਮਨਾਉਣ ਦਾ ਇੱਕ ਮੰਤਵ ਲੈ ਕੇ ਮਨੁੱਖਤਾ ਦਾ ਜਿਹੜਾ ਸੁਨੇਹਾ ਹੈ ਉਹ ਸਾਰੀ ਦੁਨੀਆ ਨੂੰ ਦੇਣ ਲਈ ਆਏ ਹੋ। ਪ੍ਰਾਈਮ ਏਸ਼ੀਆ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਸੀਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਇੰਨਾ ਸ਼ਾਨਦਾਰ ਸਫ਼ਰ ਸੀਗਾ ਜਿਹੜਾ ਕਿ ਇੱਕ ਛੋਟੇ ਜਿਹੇ ਮਿਸ਼ਨ ਤੋਂ ਸਟਾਰਟ ਹੋਇਆ, ਅੱਜ ਇੰਨਾ ਵਾਸਟ, ਇੰਨੇ ਦੁਨੀਆ ਦੇ ਇੰਨੇ ਮੁਲਕਾਂ ਨਾਲ ਤੁਸੀਂ ਮਿਲ ਕੇ ਇੱਥੇ ਪਹੁੰਚੇ ਹੋ, ਕਿਹੋ ਜਿਹਾ ਰਿਹਾ? ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਈਮ ਏਸ਼ੀਆ ਟੀ ਵੀ ਦਾ, ਖਾਸ ਕਰਕੇ ਅਮਨ ਖਟਕਰ ਜੀ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਵੀ ਸਾਨੂੰ ਲੋੜ ਪਈ ਆ ਮੀਡੀਆ ਦੀ, ਉੱਥੇ ਹਮੇਸ਼ਾ ਹੀ ਪ੍ਰਾਈਮ ਏਸ਼ੀਆ ਪਹੁੰਚਿਆ। ਜੇ ਮੈਂ ਗੱਲ ਕਰਾਂ ਅੱਜ ਤੋਂ 4 ਸਾਲ ਪਹਿਲਾਂ ਜਦ ਇਹ ਪ੍ਰਾਈਮ ਏਸ਼ੀਆ ਲਾਂਚ ਹੋਣਾ ਸੀਗਾ, ਸਾਡੇ ਨਾਲ ਪੂਰੀ ਟੀਮ ਪ੍ਰਾਈਮ ਏਸ਼ੀਆ ਦੀ ਵੈਸਟ ਟੂ ਈਸਟ ਕੋਸਟ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਸਾਡੇ ਨਾਲ ਪਹੁੰਚੀ ਸੀਗੀ। ਇਹ ਵੈਨਕੂਵਰ ਤੋਂ ਅਸੀਂ ਉਹ ਰਾਈਡ ਸਟਾਰਟ ਕੀਤੀ ਸੀ, ਐਲਬਰਟਾ, ਮੈਨੀਟੋਬਾ ਹੁੰਦੇ ਹੋਏ ਸਸਕੈਚਵਨ, ਅਤੇ ਫਿਰ ਅਸੀਂ ਓਂਟਾਰੀਓ ਦੀ ਧਰਤੀ 'ਚ, ਫਿਰ ਅਸੀਂ ਕਿਊਬੈਕ, ਮੋਂਟਰੀਅਲ, ਅਤੇ ਫਿਰ ਇਵੇਂ ਹੀ ਵਾਪਸ ਆਏ ਸੀਗੇ। ਸੋ ਅਮਨ ਖਟਕਰ ਜੀ ਆਪ ਹੀ ਸਾਡੇ ਨਾਲ ਸੀਗੇ। ਮੈਨੂੰ ਉਹ ਦਿਨ ਯਾਦ ਆਉਂਦਾ ਆ ਕਿ ਅਸੀਂ ਇੱਕ ਰਾਤ ਇੱਕ ਛੋਟਾ ਜਿਹਾ ਪਿੰਡ ਆ ਓਂਟਾਰੀਓ 'ਚ, ਉੱਥੇ ਸਾਨੂੰ ਹੋਟਲ ਨਹੀਂ ਮਿਲਿਆ ਸੀ, ਅਸੀਂ ਥੱਲੇ ਪਏ ਸੀਗੇ ਅਤੇ ਅਮਨ ਖਟਕਰ ਜੀ ਸਾਡੇ ਨਾਲ ਸੀ। ਜੇ ਮੈਂ ਹੁਣ ਗੱਲ ਕਰਾਂ ਇਹ ਜਿਹੜੀ ਵਰਲਡ ਟੂ ਰਾਈਡ ਜਿਹੜੀ, ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਹਾਂ ਕਿ ਜਦ 3 ਤਰੀਕ ਨੂੰ, 3 ਅਪ੍ਰੈਲ ਨੂੰ ਮੇਰੇ ਖੱਬੇ ਪਾਸੇ ਰਸ਼ਪਾਲ ਸਿੰਘ ਧਾਰੀਵਾਲ ਅਤੇ ਮੇਰੇ ਸੱਜੇ ਪਾਸੇ ਗੁਰਪ੍ਰੀਤ ਸਿੰਘ ਪੌਂਗ, ਅਸੀਂ ਜਦ ਵੈਨਕੂਵਰ ਦੀ ਧਰਤੀ 'ਚ ਇਹਨਾਂ ਨੂੰ ਵਿਦਾ ਕਰ ਰਹੇ ਸੀਗੇ, ਬਹੁਤ ਸਾਰੇ ਸਵਾਲ ਸੀਗੇ ਸਾਡੇ ਨਾਲ, ਸਾਡੇ ਮਨਾਂ 'ਚ ਜਿਹੜੇ ਅਨਆਨਸਰਡ ਸੀਗੇ, ਮਤਲਬ ਕਿ ਸਾਨੂੰ ਇਹ ਪਤਾ ਨਹੀਂ ਸੀਗਾ। ਅਸੀਂ ਇਹ ਸੋਚ ਰਹੇ ਸੀਗੇ ਕਿ ਇਹ ਵਧੀਆ ਸਟੈਪ ਆ, ਨਹੀਂ ਸਟੈਪ ਆ, ਪਰ ਉਹ ਤੋਂ ਪਹਿਲਾਂ ਅਸੀਂ ਅਰਦਾਸ ਕੀਤੀ ਸੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 'ਚ ਗੁਰੂ ਮਹਾਰਾਜ ਦੇ ਸਾਹਮਣੇ, ਤਾਂ ਜੇ ਦਿਲ ਤੋਂ ਕੀਤੀ ਹੋਈ ਅਰਦਾਸ, ਅੱਜ ਇਹ ਪ੍ਰਤੀਕ ਐਗਜ਼ਾਮਪਲ ਆ ਕਿ ਉਸ ਟਾਈਮ ਅਰਦਾਸ ਕੀਤੀ ਗਈ ਸੀਗੀ। ਅਤੇ ਅਸੀਂ ਇੱਥੇ ਉਹਨਾਂ ਨੂੰ 3 ਤਰੀਕ ਨੂੰ ਉੱਥੋਂ ਸੀ ਆਫ ਕੀਤਾ ਸੀ, 11 ਤਰੀਕ ਨੂੰ ਵਾਹਗਾ ਅਟਾਰੀ ਬਾਰਡਰ 'ਤੇ ਅਸੀਂ ਇਹਨਾਂ ਨੂੰ ਰਿਸੀਵ ਕੀਤਾ। ਜਿਹੜੇ ਇਹ ਸਿੰਘ ਸੀਗੇ ਚੜ੍ਹਦੀ ਕਲਾ 'ਚ ਆਏ, ਅਸੀਂ ਨਮਸਤਕ ਹੋਏ, ਅਸੀਂ ਦਰਬਾਰ ਸਾਹਿਬ ਪਹੁੰਚੇ ਸਾਰੇ ਕਾਫਲੇ ਦੇ ਨਾਲ, ਅਤੇ ਉਹ ਤੋਂ ਬਾਅਦ ਭਾਈ ਸਾਹਿਬ, ਭਾਈ ਸੇਵਾ ਸਿੰਘ ਜੀ ਜਿਹੜੇ ਕਿ ਖਡੂਰ ਸਾਹਿਬ ਵਾਲੇ, ਉੱਥੋਂ ਫਿਰ ਅਸੀਂ ਚੇਤਨਾ ਮਾਰਚ ਨਗਰ ਕੀਰਤਨ ਦੇ ਰੂਪ 'ਚ ਗੋਬਿੰਦਵਾਲ ਸਾਹਿਬ ਹੁੰਦੇ ਹੋਏ ਸੁਲਤਾਨਪੁਰ ਲੋਧੀ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਥਾਨ ਆ, ਉੱਥੇ ਜਾ ਕੇ ਇਹਦੀ ਜਿਹੜੀ ਵਰਲਡ ਟੂਰ 2019 ਦੀ ਉੱਥੇ ਸਮਾਪਿਤ ਹੋਈ, ਜਿਹੜੀ ਸ਼ੁਕਰਾਨੇ ਦੀ ਅਰਦਾਸ ਹੋਈ। ਹੁਣ ਮੇਰੇ ਰਾਈਟ ਹੈਂਡ ਸਾਈਡ ਸੁਖਬੀਰ ਸਿੰਘ ਮਲੈਤ, ਇਹ ਉਹ 6 ਰਾਈਡਰਾਂ 'ਚੋਂ ਇੱਕ ਰਾਈਡਰ ਨੇ ਜਿਹੜੇ ਆਪਣੇ ਕੋਲ ਇੱਥੇ ਪਹੁੰਚੇ ਨੇ। ਆਪਾਂ ਇਹਨਾਂ ਦੀ ਜ਼ਬਾਨੀ ਇੱਕ ਐਕਸਪੀਰੀਅੰਸ ਅਤੇ ਫਿਰ ਆਪਾਂ ਫੋਲੋ ਕਰਾਂਗੇ। ਸੁਖਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਦੋਂ ਡੋਰੀ ਉਹਦੇ 'ਤੇ ਸੁੱਟਤੀ, ਇੰਨੇ ਔਖੇ ਪੈਂਡਿਆਂ 'ਚੋਂ ਲੰਘ ਕੇ ਆਇਓ, ਅੱਜ ਕਿਹੋ ਜਿਹਾ ਲੱਗ ਰਿਹਾ? ਇੰਝ ਲੱਗ ਰਿਹਾ ਹੋਣਾ ਕਿ ਵਾਕਈ ਉਹ ਤੋਂ ਵੱਡੀ ਐਨਰਜੀ, ਉਹ ਤੋਂ ਵੱਡਾ ਸਾਥ, ਉਹ ਤੋਂ ਵੱਡਾ ਕੁਛ ਵੀ ਨਹੀਂ ਹੈ, ਕਿਵੇਂ ਮਹਿਸੂਸ ਹੋ ਰਿਹਾ? ਅਸੀਂ ਜਦੋਂ ਉੱਥੋਂ ਰਾਈਡ ਕਰਨਾ ਸੀਗਾ ਜੀ, ਉਹ ਤੋਂ ਪਹਿਲਾਂ ਅਸੀਂ ਬੜੇ ਲੰਬੇ ਸਮੇਂ ਤੋਂ ਪਲਾਨ ਕਰਦੇ ਆ ਰਹੇ ਹਾਂ, ਪਲਾਨ ਸਾਰੇ ਕੀਤੇ ਸੀਗੇ। ਜਦੋਂ ਅਸੀਂ ਰਾਈਡ ਸਟਾਰਟ ਕਰ ਲਈ ਜੀ, ਗਰਚਾ ਸਾਹਿਬ ਹੁਣਾਂ ਨੇ ਸਾਨੂੰ ਉੱਥੋਂ, ਸਾਰੀ ਸੰਗਤ ਨੇ ਉੱਥੋਂ ਤੋਰਿਆ, ਆਪਣੇ ਜਿਹੜੇ ਪਲਾਨ ਆ ਜੀ ਉਹ ਸਾਰੇ ਅਸੀਂ ਬਣਾਏ ਸੀਗੇ, ਜਿਹੜੇ ਉਹ ਧਰੇ ਧਰਾਏ ਰਹਿ ਗਏ ਜੀ। ਰੋਡ 'ਤੇ ਜਦੋਂ ਅਸੀਂ ਜਾਂਦੇ ਸੀਗੇ ਤਾਂ ਵਾਹਿਗੁਰੂ ਨੇ ਸਾਡੇ ਪਲਾਨ ਆਪਣੇ ਹੱਥਾਂ 'ਚ ਲੈ ਕੇ ਸਾਨੂੰ, ਮਾਂ ਜਿਵੇਂ ਬੱਚਿਆਂ ਨੂੰ ਆਪਣਿਆਂ ਨੂੰ ਲੈ ਕੇ ਤੁਰਦੀ ਹੈ, ਐਵੇਂ ਸਾਨੂੰ ਸਾਰਾ ਲੈ ਕੇ ਆਏ ਜੀ। ਤੁਸੀਂ ਵਿਸ਼ਵਾਸ ਰੱਖਿਆ ਅਤੇ ਉਹ ਯੂ ਫਲਿਊ ਵਿਦ ਦ ਸਟ੍ਰੀਮ, ਹੈ ਨਾ, ਜਿੱਦਾਂ ਜਿੱਦਾਂ ਚੱਲਦਾ ਰਿਹਾ ਸਫ਼ਰ। ਵਾਹਿਗੁਰੂ ਸਾਨੂੰ ਇੱਦਾਂ ਲੱਗਦਾ ਸੀਗਾ ਕਿ ਵਾਹਿਗੁਰੂ ਸਾਡੇ ਨਾਲ ਚੱਲ ਰਹੇ ਨੇ ਜੀ, ਕੋਈ ਕਿਸੇ ਤਰ੍ਹਾਂ ਦੀ ਔਕੜ ਨਹੀਂ ਆਈ ਜੀ। ਵਾਹਿਗੁਰੂ ਸਾਨੂੰ ਨਾਲ ਲੈ ਕੇ ਆਏ, ਇੰਨੇ ਮੁਲਕਾਂ ਦੇ, ਇੰਨੇ ਦੁਨੀਆ ਦੇ ਲੋਕਾਂ ਨੂੰ ਅਸੀਂ ਮਿਲੇ ਹਾਂ। ਇਹ ਇੱਕ ਸਾਡੇ ਲਈ ਬਹੁਤ ਵੱਡਾ ਐਕਸਪੀਰੀਅੰਸ ਸੀਗਾ ਜੀ, ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲੇ ਹਾਂ, ਹਰ ਇੱਕ ਨੇ ਪਿਆਰ ਦਿੱਤਾ। ਹੁਣ ਤੱਕ ਸਾਨੂੰ ਕੋਈ ਇਹੋ ਜਿਹਾ ਇਨਸਾਨ ਨਹੀਂ ਮਿਲਿਆ ਜਿਹਨੇ ਸਾਨੂੰ ਕਿਸੇ ਨੇ ਕੋਈ ਨਫ਼ਰਤ ਦੀ ਮਾੜੀ ਜਿਹੀ ਵੀ ਚਿਣਕ ਦਿਖਾ, ਅਸੀਂ ਦੇਖਿਆ ਵੀ ਨਹੀਂ, ਹੋ ਸਕਦਾ ਨਹੀਂ, ਸਾਨੂੰ ਨਹੀਂ ਲੱਗਦਾ ਕਿ ਕਿਸੇ ਦੇ ਕੋਈ ਇਹੋ ਜਿਹੀ ਗੱਲ ਹੋਈ, ਪਿਆਰ ਹੀ ਮਿਲਿਆ ਜੀ ਹਰੇਕ ਜਗ੍ਹਾ ਤੋਂ। ਮੈਂ ਤੁਹਾਨੂੰ ਦੱਸਦਾ, ਇੱਕ
ਬਹੁਤ ਲੋਕਾਂ ਨਾਲ ਮਿਲਣ ਦਾ ਪਰ ਥੋੜ੍ਹਾ ਥੋੜ੍ਹਾ ਸਮਾਂ ਮਿਲੇ, ਪਰ ਇਰਾਨ ਦੇ ਵਿੱਚ ਇੱਕ ਸਾਨੂੰ ਉੱਥੇ ਇੱਕ ਏਜੰਸੀ ਅਸੀਂ ਹਾਇਰ ਕੀਤੀ ਹੋਈ ਸੀਗੀ, ਉਹਨਾਂ ਦੇ ਵਿੱਚ ਇੱਕ ਪ੍ਰੋਫੈਸ਼ਨਲ ਸਾਡਾ ਗਾਈਡ ਸੀਗਾ, ਉਹਨਾਂ ਦੀ ਉਹਨੇ ਆਪਣੀ ਫੈਮਿਲੀ ਲਈ ਵੀ ਸਾਨੂੰ ਦੱਸਿਆ ਕਿ ਉਹਦੀ ਫੈਮਿਲੀ ਵੀ ਬੜੀ ਇਸਟੈਬਲਿਸ਼ ਆ ਉੱਥੇ। ਜਦੋਂ ਉਹਨੇ ਸਾਨੂੰ ਮਿਲਿਆ, ਸਾਡੇ ਨਾਲ ਉਹ ਕਈ ਦਿਨ ਰਿਹਾ ਜੀ, ਪੰਜਾਬੀ ਹੋਣ ਦਾ ਸਾਨੂੰ ਮਾਣ ਹੈ, ਸਿੱਖ ਹੋਣ ਦਾ ਸਾਨੂੰ ਮਾਣ ਹੈ। ਜਦੋਂ ਉਹ ਸਾਡੇ ਨਾਲ ਰਿਹਾ, ਉਹਨੇ ਦੇਖਿਆ ਕਿ ਤੁਸੀਂ ਪੰਜਾਬੀ ਹੋ, ਕਿਸ ਬੇਬਾਕੀ ਨਾਲ ਰਹਿੰਦੇ ਹੋ, ਕਿੰਨੀ ਸ਼ਾਨੋ ਸ਼ੌਕਤ ਨਾਲ ਰਹਿੰਦੇ ਹੋ। ਸਾਡਾ ਸੁਭਾਅ ਜਿਹੜਾ ਕਿ ਸਾਨੂੰ ਵਿਰਾਸਤ ਵਿੱਚ ਮਿਲਿਆ, ਸਾਨੂੰ ਆਪ ਨੂੰ ਪਤਾ ਵੀ ਨਹੀਂ ਕਿ ਸਾਡੇ ਵਿੱਚ ਕੀ ਹੈ। ਉਹ ਜਦੋਂ ਉਹਨੇ ਦੇਖਿਆ, ਉਹਨੂੰ ਸਿੱਖੀਜ਼ਮ ਬਾਰੇ ਅਸੀਂ ਦੱਸਿਆ, ਉਹਨੂੰ ਕਈ ਦਿਨ ਰਹਿਣ ਦਾ ਮੌਕਾ ਮਿਲਿਆ, ਉਹਦੇ ਨਾਲ ਬੜਾ ਪਿਆਰ ਕੀਤਾ ਉਹਨੇ। ਐਂਡ ਦੇ 2 ਦਿਨਾਂ ਦੇ ਵਿੱਚ ਉਹ ਇੰਨਾ ਭਾਵੁਕ ਹੋ ਗਿਆ ਕਿ ਉਹ ਕਹਿੰਦਾ ਤੁਸੀਂ ਕਿੰਗ ਹੋ, ਤੁਸੀਂ ਰਾਜੇ ਹੋ ਇਸ ਦੁਨੀਆ ਦੇ, ਤੁਸੀਂ ਇੰਨੇ ਸੁਭਾਅ ਤੁਹਾਡੇ ਰਾਜਿਆਂ ਵਰਗੇ ਨੇ। ਅਤੇ ਦੂਸਰਾ ਉਹ ਕਹਿੰਦਾ ਕਿ ਤੁਸੀਂ ਇਹ ਦਸਤਾਰ ਜਿਹੜੀ ਬੰਨਦੇ ਹੋ, ਕੀ ਤੁਸੀਂ ਇਹ, ਅਸੀਂ ਉਹਨੂੰ ਦੱਸਿਆ ਕਿ ਇਹ ਸਾਡਾ ਤਾਜ ਹੈ, ਅਤੇ ਉਹ ਕਹਿੰਦਾ ਕੀ ਤੁਸੀਂ ਇੱਕ ਦਿਨ ਲਈ ਇਹ ਤਾਜ ਮੇਰੇ ਸਿਰ 'ਤੇ ਰੱਖ ਸਕਦੇ ਹੋ, ਮੈਨੂੰ ਮੇਰੇ ਦਸਤਾਰ ਬੰਨ ਸਕਦੇ ਹੋ? ਅਤੇ ਅਸੀਂ ਕਿਹਾ ਵਾਈ ਨੋਟ ਜੀ। ਇੱਕ ਦਿਨ ਲਈ ਉਹਨੇ ਦਸਤਾਰ ਬੰਨੀ, ਅਤੇ ਉਹ ਕਹਿੰਦਾ ਕਿ ਇਹ ਉਹ ਇੰਨੀ ਰਿਸਪੈਕਟ ਕਰਦਾ ਸੀ ਦਸਤਾਰ ਦੀ, ਜਦੋਂ ਅਸੀਂ ਉਹਨੂੰ ਦੱਸਿਆ ਤਾਂ ਕਹਿੰਦਾ ਤੁਸੀਂ ਕਿੰਗ ਹੋ। ਅਤੇ ਮੈਂ ਉਹਨੂੰ ਦੱਸਿਆ ਵੀ ਕਿ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਤਸ਼ਾਹ ਆ, ਉਹਦੇ ਤੁਲ ਕਿਸੇ ਦੀ ਅਸੀਂ ਤੁਲਨਾ ਵੀ ਨਹੀਂ ਕਰ ਸਕਦੇ। ਪਹਿਲਾਂ ਤਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਤੁਹਾਡੇ ਚੈਨਲ ਦਾ ਬਹੁਤ ਬਹੁਤ ਥੈਂਕ ਯੂ। ਮੈਂ ਨਾ ਅਸਲ 'ਚ ਆਪ ਖੁਦ ਆਇਆ ਉੱਥੋਂ, ਇੱਕ ਮੇਰੇ ਮਨ ਦੇ ਵਿੱਚ ਗੱਲ ਸੀਗੀ, ਉਹ ਮੈਂ ਕਰਨੀ ਸੀਗੀ। ਅਸੀਂ ਰਾਈਡ ਸ਼ੁਰੂ ਕੀਤੀ, ਸਾਰੇ ਭਾਅ ਜੀ ਹੁਣਾਂ ਨੇ ਦੱਸ ਦਿੱਤਾ, ਸਾਰੇ ਮੇਰੇ ਵੱਡੇ ਭਰਾ ਨੇ, ਇਹਨਾਂ ਨੇ ਜੋ ਵੀ ਦੱਸਿਆ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਕਸਪਲੇਨ ਕੀਤਾ। ਮੇਨ ਗੱਲ ਇੱਕ ਮਨ ਦੇ ਵਿੱਚ ਇਹ ਸੀਗੀ ਵੀ ਅਸੀਂ ਜਦੋਂ ਰਾਈਡ ਕਰਕੇ ਪਾਕਿਸਤਾਨ ਪਹੁੰਚੇ, ਕਰਤਾਰਪੁਰ ਸਾਹਿਬ ਪਹੁੰਚੇ, ਨਹੀਂ ਨਹੀਂ ਡਰ ਤਾਂ ਪਰਮਾਤਮਾ ਦੀ ਮੇਰੇ ਨਾਲ ਹੈ ਹੀ ਨਹੀਂ ਸੀ, ਤਾਂ ਹੀ ਤਾਂ ਅਸੀਂ ਰਾਈਡ ਸ਼ੁਰੂ ਕੀਤੀ। ਜੇ ਸਿੱਖਿਆ ਤਾਂ ਆਪਣਾ ਡਰ ਤਾਂ ਆਪਣੇ ਮਨ 'ਚ ਹੈ ਹੀ ਨਹੀਂ ਜੀ। ਅਤੇ ਅਸੀਂ ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਤਾਂ ਉੱਥੇ ਇੱਕ ਅਸੀਂ ਦਰਸ਼ਨ ਕੀਤੇ ਸਾਰੇ ਕਰਤਾਰਪੁਰ ਸਾਹਿਬ ਦੇ, ਅਤੇ ਉਸ ਦੇ ਵਿੱਚ ਇੱਕ ਸਾਨੂੰ ਮੁਸਲਮਾਨ ਸਿੰਘ ਅਸੀਂ ਉਹਨਾਂ ਨੂੰ ਸਿੰਘ ਵੀ ਕਹਿ ਸਕਦਾ, ਵੀਰ ਵੀ ਕਹਿ ਸਕਦਾ, ਸਾਨੂੰ ਸ਼ਾਮ ਨੂੰ ਉਹਨੇ ਡਿਨਰ ਕਰਾ ਰਿਹਾ ਸੀ। ਸਾਨੂੰ ਇੱਕ ਬੰਦੇ ਨੇ ਵਿੱਚ ਆ ਕੇ ਕਿਹਾ ਕਿ ਵੀ ਇੱਕ ਉੱਥੇ ਆਪਣਾ ਲਵਲੀ ਵੀਰ ਆ, ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਵੀਰ ਦੀ ਜਿਹੜੀ ਆ ਜ਼ਮੀਨ ਆ, ਜਿਹੜਾ 1500 ਏਕੜ ਮਿਲਿਆ ਅਕਵਾਇਰ ਹੋਈ ਆ ਕਰਤਾਰਪੁਰ ਸਾਹਿਬ ਨੂੰ, ਉਹ 'ਚ 3 ਏਕੜ ਇਹ ਬੰਦੇ ਦੀ ਜ਼ਮੀਨ ਆਈ ਹੋਈ ਆ। ਅਤੇ ਉਹ ਬੜੇ ਬੜੀ ਖੁਸ਼ੀ ਨਾਲ ਉਹ ਸਾਨੂੰ ਜਿੱਦਾਂ ਪ੍ਰਸ਼ਾਦਾ ਛਕਾ ਰਿਹਾ ਸੀਗਾ, ਅਤੇ ਮੈਂ ਉਹਨੂੰ ਹੌਲੀ ਜਿਹੀ ਪੁੱਛਿਆ, ਮੈਂ ਕਿਹਾ ਵੀ ਕੀ ਰੇਟ ਦੇ ਰਹੇ ਨੇ ਤੁਹਾਨੂੰ? ਉਹਨੇ ਦੱਸਿਆ ਵੀ ਮੈਨੂੰ 8 ਲੱਖ ਰੁਪਈਆ ਦੇ ਰਹੇ ਨੇ ਏਕੜ ਦਾ। ਅਤੇ ਮੈਂ ਕਿਹਾ ਵੀ ਉੱਦਾਂ ਰੇਟ ਕਿੰਨਾ ਚੱਲਦਾ? ਕਹਿੰਦਾ ਵੀ ਉੱਦਾਂ ਸਾਨੂੰ ਜਿੱਦਾਂ ਡਬਲ ਰੇਟ ਚੱਲ ਰਿਹਾ। ਅਤੇ ਮੇਰੇ ਮਨ ਦੇ ਵਿੱਚ ਆਇਆ, ਮੈਂ ਉਹਨੂੰ ਕੁਐਸਚਨ ਕੀਤਾ ਵੀ ਮੈਂ ਕਿਹਾ ਵੀ ਚੱਲ ਯਾਰ ਵੀ ਪਰਮਾਤਮਾ ਦੀ ਤੇਰੀ ਸੇਵਾ। ਕਹਿੰਦਾ ਭਾਅ ਜੀ ਗੱਲ ਹੀ ਕੋਈ ਨਹੀਂ, ਅਸੀਂ ਵਡਭਾਗੀ ਹਾਂ ਕਿ ਸਾਡੀ ਜਿਹੜੀ ਜ਼ਮੀਨ ਆ ਉਹ ਗੁਰੂ ਘਰ ਦੇ ਵਿੱਚ ਲੱਗ ਗਈ, ਸਾਂਝਾ ਪੀਰ ਹੈ। ਮੈਨੂੰ ਬੜਾ ਇੱਦਾਂ ਵਧੀਆ ਲੱਗਾ ਉਹਦੀ ਗੱਲ ਸੁਣ ਕੇ। ਜਦੋਂ ਉਹਨੇ ਹੋਰ ਮੈਨੂੰ ਦੱਸਿਆ ਵੀ ਮੈਂ ਖੁਦ ਛੋਟਾ ਜਿਹਾ ਸੀਗਾ ਜਦੋਂ ਇਹ ਕਰਤਾਰਪੁਰ ਸਾਹਿਬ ਬੰਦ ਸੀ ਗੁਰਦੁਆਰਾ ਸਾਹਿਬ, ਅਤੇ ਇਹਨਾਂ ਦੀ ਜਿਹੜੀ ਸਮਾਧ ਆ ਮੈਂ ਸਾਫ ਕਰਦਾ ਰਿਹਾ। ਉਹਨਾਂ ਦਾ ਨਾਮ ਮੁਹੰਮਦ ਸਰਵਰ, ਤੁਹਾਡੇ ਚੈਨਲ ਰਾਹੀਂ ਮੈਂ ਉਹਨੂੰ ਸਲੂਟ ਕਰਨਾ ਚਾਹੁੰਦਾ, ਕਿਉਂਕਿ ਪ੍ਰਾਈਮ ਏਸ਼ੀਆ ਚੈਨਲ ਮੈਨੂੰ ਪਤਾ ਕਾਫੀ ਸੁਣਦੇ ਨੇ ਅਮਨਵੀਰ ਜੀ ਉਹਨਾਂ ਦਾ, ਅਤੇ ਇਸ ਕਰਕੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਮੁਹੰਮਦ ਸਰਵਰ ਉਹਨਾਂ ਦਾ ਨਾਂ ਸੀਗਾ, ਅਤੇ ਉਹਨਾਂ ਨੂੰ ਸਲੂਟ ਹੈ ਵੀਰ ਜੀ ਉਹਨਾਂ ਨੂੰ ਮੇਰੀ, ਅਤੇ ਉਹ ਹਜੇ ਵੀ ਉੱਥੇ ਸੇਵਾ ਕਰਦੇ, ਕਹਿੰਦੇ ਸਾਰੀ ਉਮਰ ਇੱਦਾਂ ਸੇਵਾ ਕਰਾਂਗੇ। ਉਹ ਮੇਰੀ ਲਾਈਫ ਵਿੱਚ ਜੇ ਸਾਰੀ ਰਾਈਡ ਦਾ ਬੈਸਟ ਪਾਰਟ ਉਸ ਇਨਸਾਨ ਨੂੰ ਮਿਲ ਕੇ ਸੀ, ਵੀ ਇੰਨਾ ਵਧੀਆ ਇਨਸਾਨ ਸਾਨੂੰ ਮਿਲਿਆ। ਬਹੁਤ ਬਹੁਤ ਮਿਹਰਬਾਨੀ ਅਮਨ, ਸਾਡਾ ਛੋਟਾ ਵੀਰ ਹੈ, ਸਾਡਾ ਭਰਾ, ਔਰ ਬਹੁਤ ਵਧੀਆ ਕੰਮ ਕਰ ਰਿਹਾ, ਬਿਕੋਜ਼ ਪੋਜ਼ਿਟਿਵ ਚੀਜ਼ਾਂ ਨੂੰ ਅੱਗੇ ਲਿਆ ਕੇ ਤੁਹਾਡਾ ਜਿਹੜਾ ਪ੍ਰਾਈਮ ਏਸ਼ੀਆ ਹੈ, ਬੜਾ ਵਧਾਈ ਦਾ ਪਾਤਰ ਹੈ ਕਿ ਯੂ ਗਾਇਸ ਡੂਇੰਗ ਆ ਐਕਸਲੈਂਟ ਜੋਬ ਇਨ ਪੋਜ਼ਿਟਿਵ ਨਿਊਜ਼ ਰਾਦਰ ਦੈਨ ਨੈਗੇਟਿਵ। ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਇੰਨਾ ਵੱਡਾ ਮਿਸ਼ਨ ਲੈ ਕੇ? ਅੱਜ ਇੱਕ ਸੈਟਿਸਫੈਕਸ਼ਨ ਹੋ ਰਹੀ ਹੋਣੀ ਕਿ ਹਾਂਜੀ ਸਫਲ ਹੋ ਗਿਆ, ਪਰਮਾਤਮਾ ਦੀ ਮਿਹਰ ਨਾਲ ਜਿਹੜੀ ਅਰਦਾਸ ਕਰਕੇ ਤੁਰੇ ਸੀਗੇ। ਇੱਕ ਕੋਈ ਇਹੋ ਜਿਹੀ ਸਪੈਸੀਫਿਕ ਚੀਜ਼ ਮਨ 'ਚ ਆਈ ਹੈ ਕਿ ਇਹ ਇੱਕ ਮਿਸ਼ਨ ਸੀਗਾ, ਇਹ ਡੈਫੀਨੇਟਲੀ ਪੂਰਾ ਹੋਇਆ ਅਤੇ ਪਰਮਾਤਮਾ ਨੇ ਇਹਨੂੰ ਹੋਰ 4 ਚੰਦ ਲਾਏ ਨੇ? ਵੇਖੋ, ਜਦੋਂ ਵੀ ਆਪਾਂ ਕੋਈ ਪੋਜ਼ਿਟਿਵ ਕੰਮ ਕਰਦੇ ਹਾਂ ਅਤੇ ਜਦੋਂ ਉਹ ਪੂਰਾ ਹੋ ਜਾਂਦਾ, ਉਸ ਤੋਂ ਬਾਅਦ ਵੀ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਕੁਝ ਹੋਰ ਆਹ ਵੀ ਕਰ ਸਕਦੇ ਸੀ, ਆਹ ਵੀ ਕਰ ਸਕਦੇ ਸੀ, ਪਰ ਇਹ ਆਪਣੀ ਸੋਚ ਆ। ਮੈਂ ਇਹਨੂੰ ਆਪਣੀ ਛੋਟੀ ਸੋਚ ਦੇ ਮੁਤਾਬਿਕ ਜੇ ਉਹ ਹੋਣਾ ਹੁੰਦਾ ਖਾਸ ਕਰਕੇ ਇਹੋ ਜਿਹੇ ਕੰਮ ਦੇ ਵਿੱਚ, ਤਾਂ ਉਹ ਗੁਰੂ ਮਹਾਰਾਜ ਨੇ ਨਾਲ ਕਰਨਾ ਸੀ, ਜੋ ਉਹਨਾਂ ਦੀ ਖੁਸ਼ੀ ਸੀ, ਜਿਹੜਾ ਹੁਕਮ ਸੀ ਉੱਦਾਂ ਹੀ ਹੋਇਆ, ਔਰ ਉਹਦੇ ਹਿਸਾਬ ਦੇ ਨਾਲ ਇਟਸ 100% ਸਕਸੈਸਫੁਲ, ਦੈਟਸ ਵਟ ਵੀ ਫੀਲ। ਜਿੰਨੀਆਂ ਸਿੱਖ ਸੰਤਾਂ ਦੇ ਅਸੀਂ ਇੰਨੇ ਛੋਟੇ ਜਿਹੇ ਟਾਈਮ ਫਰੇਮ ਦੇ ਵਿੱਚ ਦਰਸ਼ਨ ਕਰ ਸਕਦੇ ਸੀ, ਆਪਣੀ ਗੱਲ ਕਰ ਸਕਦੇ ਸੀਗੇ,
और एक अवेयरनेस जी हुई है। ये नहीं कि गुरु नानक साहब टीचिंग्स ने सारे पता ने बच्चे बच्चे पता है, पर कई बार सूँ एक अवेयरनेस की या एक मोटिवेशन की लड़ होंगी ऑब्वियसली। मतलब कि प्रत्यक्ष रूप में जो ये सब कुछ देखे उन्होंने कि वाकई योजे इंसान भी है, जिदा गल की कि कई जगह तो सिख एक भी नहीं सी, पर योजा सिखी स्वरूप देख के उन्होंने जी किता होना कि एक बार हाथ ला के वेख लिए योजे होंगे ने सिख। साढ़े जतेंद्र सिंह उन्होंने दाड़ा प्रकाश किया वा वो पूरे सिंह ने, और इतने एक मजाइया गल ये है कि वह कहते कि कैन वी हैव वन फोटो, तो असी सारे जने अगे तैयार हो कहते भी तुहाडे नाल नहीं जतिंदर सिंह नाल फोटो करनी है, क्योंकि वो दाड़े नूं चुमया मत्थे नूं लाया और पग नूं चुमदे सीगे, उन्होंने इंज लग्या कि ये शायद कोई डिवाइन एक डिवाइन है। यस उही गल है कि दे वर फीलिंग वेरी आई मीन दे वर शोइंग वेरी मच रिस्पैक्ट। गुरु नानक देव जी दीआं टीचिंग्स नूं लैके जिहड़ा मिशन लैके राइडर्स गए सीगे वो बाखूबी पूरा होया, मनुखता सांझीवालता ਇਹ ਹੈ ਸਿੱਖੀ।